ਲੋ ਜੀ, ਅਸੀਂ ਪਹੁੰਚ ਗਏ ਹਾਂ ਕਾਲੇ ਕਾਲੇ ਬੱਦਲਾਂ ਦੇ ਵਿੱਚ, ਐਲਿਸ ਡ੍ਰੀਮ ਰਿਜ਼ੋਰਟ ਬਰੋਗ। ਜੋ ਬਰੋਗ ਹੈ ਇਹ ਸੋਲਨ ਦੇ ਨੇੜੇ ਹੀ ਹੈ, ਸੋਲਨ ਤੋਂ 15-20 ਮਿੰਟ ਦਾ ਰਸਤਾ ਹੈ। ਇਹ ਰਿਜ਼ੋਰਟ ਜੋ ਬਣਿਆ ਹੋਇਆ ਜੰਗਲ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ, ਚਾਰੋਂ ਪਾਸੇ ਇਹਦੇ ਜੰਗਲ ਹੀ ਜੰਗਲ ਹੈ। ਇਹ ਦੇਖ ਰਹੇ ਹੋ ਤੁਸੀਂ, ਚਾਰੋਂ ਪਾਸੇ ਜੰਗਲ ਹੈ ਇਹਦੇ। ਬਿਲਕੁਲ ਸ਼ਾਂਤੀ ਵਾਲਾ ਏਰੀਆ ਹੈਗਾ, ਸਿਟੀ ਤੋਂ ਕਾਫੀ ਦੂਰ ਹੈ। ਔਰ ਦੇਖ ਲਓ ਕਾਲੇ ਬੱਦਲ, ਜੋ ਕਿ ਮਤਲਬ ਕਿ ਰਿਜ਼ੋਰਟ ਦੇ ਉੱਪਰ ਦੀ, ਅਤੇ ਜੋ ਉੱਪਰ ਉੱਪਰ ਪਹਾੜਾਂ ਦੇ ਘਰ ਬਣੇ ਹੋਏ ਆ, ਉਹ ਘਰ ਦਿਖ ਵੀ ਨਹੀਂ ਰਹੇ ਕਿਉਂਕਿ ਉਹ ਬੱਦਲ ਉਹਨਾਂ ਨੂੰ ਕ੍ਰੋਸ ਕਰਕੇ ਜਾ ਰਿਹਾ ਹੈ। ਹੁਣ ਹੋ ਗਿਆ ਜੀ ਪੇਸ਼ ਪਕੌੜੇ, ਚਾਹ। ਅਤੇ ਵੈਸੇ ਤਾਂ ਨੌਰਥ ਇੰਡੀਆ 'ਚ ਹੁਣ ਜੁਲਾਈ 'ਚ ਬਹੁਤ ਗਰਮੀ ਹੈ, ਬਟ ਇੱਥੇ ਬਹੁਤ ਠੰਡ ਸੀਗੀ, ਤਾਂ ਇੱਥੇ ਇਹ ਪਕੌੜੇ ਨਾ ਖਾਣ ਦਾ ਮੌਸਮ ਹੀ ਸੀ। ਇਸ ਟਾਈਮ ਸ਼ਾਮ ਦਾ 6-7 ਵਜੇ ਦਾ ਟਾਈਮ ਹੈ, ਇਹਨਾਂ ਲਾਈਟਨਿੰਗ ਔਨ ਕਰ ਦਿੱਤੀ ਹੈ। ਇਸ ਟਾਈਮ ਕਾਫੀ ਠੰਡ ਹੋ ਚੁੱਕੀ ਹੈ ਇੱਥੇ। ਮਤਲਬ ਕਿ ਜਦੋਂ ਅਸੀਂ ਚੱਲੇ ਸੀ ਘਰੋਂ ਸੋਲਨ ਲਈ ਚੱਲੇ ਸੀ, ਉੱਥੇ ਜਾ ਕੇ ਕਿਸੇ ਨੇ ਦੱਸਿਆ ਕਿ ਬਰੋਗ ਬਹੁਤ ਅੱਛੇ ਅੱਛੇ ਰਿਜ਼ੋਰਟ ਬਣੇ ਹੋਏ ਹੈ, ਬਹੁਤ ਹੀ ਵਧੀਆ ਲੋਕੇਸ਼ਨ 'ਤੇ, ਤੁਸੀਂ ਉੱਥੇ ਜਾਓ। ਤਾਂ ਵਾਕਈ ਜੇ ਇੱਥੇ ਪਹੁੰਚੇ ਹਾਂ, ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇੱਥੋਂ ਦਾ। ਇੰਨੀ ਵਧੀਆ ਲੋਕੇਸ਼ਨ, ਇੰਨੀ ਗ੍ਰੀਨਰੀ, ਐਨ ਬੱਦਲ ਤਾਂ ਮੈਂ ਤਾਂ ਇੰਨੀ ਨੇੜਿਓਂ ਪਹਿਲੀ ਵਾਰ ਵੇਖੇ ਸੀ, ਬਿਲਕੁਲ ਨੇੜੇ ਨੇੜੇ ਐਵੇਂ, ਮਤਲਬ ਕਿ ਲੱਗ ਰਿਹਾ ਕਿ ਸਾਨੂੰ ਟੱਚ ਕਰਕੇ ਜਾ ਰਹੀ ਹੈ ਉਹ। ਜੀ ਲਾਈਟਨਿੰਗ ਔਨ ਕਰਤੀ, ਫਿਰ ਤਾਂ ਵੱਖਰੇ ਨਜ਼ਾਰਾ ਸੀ, ਇੰਨਾ ਸੋਹਣਾ ਲੱਗ ਰਿਹਾ ਸੀ ਰਿਜ਼ੋਰਟ, ਇੰਨੀ ਸ਼ਾਂਤੀ ਦੇ ਵਿੱਚ। ਇੱਕ ਵਾਰੀ ਜ਼ਰੂਰ ਆਓ ਇੱਧਰਲੀ ਸਾਈਡ ਘੁੰਮਣ ਅਤੇ ਦੇਖੋ ਇੱਥੋਂ ਦੇ ਨਜ਼ਾਰੇ। ਉਹ ਦੇਖੋ ਜੀ ਉੱਪਰ, ਪਹਿਲਾਂ ਕਾਫੀ ਘਰ ਦਿਖ ਰਹੇ ਸੀ, ਹੁਣ ਕੁਛ ਨਹੀਂ ਦਿਖ ਰਿਹਾ ਉੱਥੇ, ਅਤੇ ਬੱਚਿਆਂ ਦੀ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਕੋਈ ਇੱਥੇ ਆ ਕੇ। ਇਹ ਜੋ ਬਰੋਗ ਹੈ, ਇਹ ਆਪਣੀ ਲੋਕੇਸ਼ਨ, ਜੋ ਇਹਦੇ ਰਿਜ਼ੋਰਟ ਬਣੇ ਹੋਏ ਹੈ ਉਹਨਾਂ ਦੀ ਜੋ ਕਾਫੀ ਹਾਈਟ 'ਤੇ ਬਣੇ ਹੋਏ ਆ, ਉਹ ਉਸ ਲਈ ਹੀ ਫੇਮਸ ਹੈ ਆ। ਇੱਥੋਂ ਦੇ ਇੱਕ ਰੇਲਵੇ ਸਟੇਸ਼ਨ ਹੈ ਓਲਡੈਸਟ, ਉਹ ਵੀ ਕਹਿੰਦੇ ਦੇਖਣ ਵਾਲਾ ਹੈ, ਉਹ ਵੀ ਕਾਫੀ ਵਧੀਆ ਬਣਿਆ ਹੋਇਆ। ਅਤੇ ਹੁਣ ਹੋ ਗਈ ਹੈ ਜੀ ਰਾਤ, ਹੁਣ ਇੱਥੇ 5-10 ਮਿੰਟ ਤੋਂ ਇੱਥੇ ਨਿਕਲਣ ਲੱਗੇ ਹਾਂ ਅਸੀਂ। ਇਹ ਦੇਖੋ ਰਾਤ ਦਾ ਕਿੰਨਾ ਸੋਹਣਾ ਮੌਸਮ, ਇੰਨਾ ਪਿਆਰਾ ਲੱਗ ਰਿਹਾ ਇੱਥੇ, ਬਹੁਤ ਹੀ ਵਧੀਆ। ਚਲੋ ਜੀ, ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਇਸੇ ਤਰ੍ਹਾਂ ਦੀ ਵੀਡੀਓ ਹੋਰ ਬਣਾਉਂਦੇ ਰਹਾਂਗੇ ਅਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਥੈਂਕ ਯੂ, ਬਾਏ, ਟੇਕ ਕੇਅਰ।